ਜਿਹੜੀਆਂ ਗਹਿਰਾਈਆਂ ਚ ਹੋ ਧੰਨਵਾਦ ਕਰਨਾ ਚਾਹੁੰਦੇ ਹਾਂ। ਜਿਸ ਪ੍ਰਕਾਰ ਲੁਧਿਆਣਾ ਦੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ, ਮੈਂ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦਾ ਕਿ ਮੈਂ ਉਹਨਾਂ ਦਾ ਅਹਿਸਾਨ ਕਿਵੇਂ ਉਤਾਰਾਂਗਾ। ਮੈਨੂੰ ਲੱਗਦਾ ਮੇਰੀਆਂ 7 ਪੀੜ੍ਹੀਆਂ ਲੱਗੀਆਂ ਰਹਿਣ, ਤਦ ਵੀ ਲੁਧਿਆਣਾ ਦੇ ਲੋਕਾਂ ਦਾ ਅਸੀਂ ਅਹਿਸਾਨ ਨਹੀਂ ਉਤਾਰ ਸਕਦੇ। ਮੈਨੂੰ ਲੋਕ ਬਾਹਰੀ ਕਹਿੰਦੇ ਸਨ, ਕੋਈ ਕਹਿੰਦੇ ਸੀ ਲੁਧਿਆਣਾ ਇਹਨੇ 1 ਤਰੀਕ ਤੋਂ ਬਾਅਦ ਰੁਕਣਾ ਨਹੀਂ ਹੈ, ਕੋਈ ਕਹਿੰਦੇ ਸੀ ਸਾਨੂੰ ਸਮਰਥਨ ਦਿੱਤਾ, ਕੋਈ ਕਹਿੰਦੇ ਸੀ ਵੜਿੰਗ, ਪਤਾ ਨਹੀਂ ਬਹੁਤ ਸਾਰੇ ਇਲਜ਼ਾਮਾਂ, ਬਹੁਤ ਸਾਰੀਆਂ ਗੱਲਾਂ ਰਾਜੇ ਵੜਿੰਗ ਦੇ ਬਾਰੇ ਲੋਕਾਂ ਨੇ ਕਹੀਆਂ। ਪਰ ਉਹਨਾਂ ਸਾਰੀਆਂ ਗੱਲਾਂ ਨੂੰ ਲੁਧਿਆਣਾ ਦੇ ਲੋਕਾਂ ਨੇ ਔਰ ਮੇਰੇ ਭਰਾਵਾਂ ਨੇ ਨਕਾਰਿਆ। ਔਰ ਮੈਂ ਇੱਕ ਦਿਨ ਗੱਲ ਕਹੀ ਸੀ, ਮੇਰਾ ਦੋਸਤ ਇੱਕ ਦਿਨ ਵਾਲ ਕਟਾਉਣ ਗਿਆ ਕਿਸੇ ਵਿਅਕਤੀ ਤੋਂ, ਅਤੇ ਉਹ ਕਹਿੰਦਾ ਵੀ ਲੁਧਿਆਣਾ ਦਾ ਸੀ, ਪੁਰਾਣਾ ਉਹਦਾ ਸਾਥੀ ਸੀ ਵਾਲ ਕਟਾਉਣ ਕੱਟਣ ਵਾਲਾ ਮੇਰਾ ਵੀਰ, ਕਹਿੰਦਾ ਵੀ ਕਿਸ ਕੋ ਵੋਟ ਡਾਲ ਰਹੇ ਹੋ? ਤਾਂ ਉਹ ਕਹਿੰਦਾ ਜੀ ਆਪ ਬਤਾਈਏ, ਆਪ ਮਾਲਿਕ ਹੈ, ਮੈਂ ਤਾਂ ਆਪ ਕੇ ਕਹਿੰਦੇ ਪਰ ਡਾਲੂੰਗਾ। ਕਹਿੰਦਾ ਬਈ ਮੈਂ ਕਿਸੇ ਕਾ ਨਹੀਂ ਕਹੂੰਗਾ, ਤੂੰ ਬਤਾ ਕਿਸ ਕੋ ਵੋਟ ਦੇਗਾ? ਕਹਿੰਦਾ ਜੀ ਫਿਰ ਮੇਰਾ ਮਨ ਤੋਂ ਜੋ ਬਾਹਰੀ ਬਾਹਰੀ ਜਿਸ ਕੋ ਕਹਿੰਦੇ ਹੈ, ਜਿਹੜਾ ਬਾਹਰ ਦਾ ਕਹਿੰਦੇ ਆ, ਮੇਰਾ ਜੀ ਕਰਦਾ ਮੈਂ ਉਹਨੂੰ ਵੋਟ ਪਾਵਾਂ। ਅੱਜ ਉਹ ਲੁਧਿਆਣਾ ਦੇ ਲੋਕਾਂ ਨੇ ਪ੍ਰੂਵ ਕਰਤਾ। ਹੁਣ ਮੈਂ ਕੇਵਲ ਜਿਹਨਾਂ ਲੋਕਾਂ ਨੇ ਵੋਟਾਂ ਪਾਈਆਂ, ਮੈਂ ਉਹਨਾਂ ਦਾ MP ਨਹੀਂ ਹਾਂ, ਉਹਨਾਂ ਦੇ ਤਾਂ ਮੈਂ ਚਰਨਾਂ ਦੇ ਥੱਲੇ ਪਈ ਮਿੱਟੀ ਨੂੰ ਹਮੇਸ਼ਾ ਆਪਦੇ ਮੱਥੇ 'ਤੇ ਲਾ ਕੇ ਆਸ਼ੀਰਵਾਦ ਉਹਨਾਂ ਦਾ ਲਵਾਂਗੇ ਜਿਹਨਾਂ ਨੇ ਮੈਨੂੰ ਵੋਟਾਂ ਪਾਈਆਂ। ਲੇਕਿਨ ਮੈਂ ਉਹਨਾਂ ਲੋਕਾਂ ਦਾ ਵੀ MP ਹਾਂ ਜਿਹਨਾਂ ਦੇ ਲੋਕਾਂ ਨੇ ਮੈਨੂੰ ਨਹੀਂ ਵੋਟਾਂ ਪਾਈਆਂ, ਕਿਉਂਕਿ ਬਹੁਤ ਸਾਰੇ ਮੇਰੇ ਸੱਜਣਾਂ ਨੂੰ, ਲੁਧਿਆਣੇ ਦੇ ਬਹੁਤ ਸਮਝਦਾਰ ਲੋਕਾਂ ਨੂੰ ਇਸ ਚੁਣਾਵ ਦੇ ਅੰਦਰ ਗੁੰਮਰਾਹ ਕੀਤਾ ਗਿਆ। ਧਰਮ ਦਾ ਨਾਮ ਲੈ ਕੇ, ਮੇਰੇ ਰਾਮ ਜੀ ਦਾ ਨਾਮ ਲੈ ਕੇ, ਔਰ ਰਾਮ ਜੀ ਨੇ ਅੱਜ ਸਿੱਧ ਕਰਤਾ, ਅਯੋਧਿਆ ਦੇ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਹੋ ਗਈ। ਇਹ ਆਪਣੇ ਆਪ ਦੇ ਵਿੱਚ ਇਹ ਉਹਨਾਂ ਤਾਕਤਾਂ ਨੂੰ ਸੁਨੇਹਾ ਹੈ ਜਿਹੜੀਆਂ ਤਾਕਤਾਂ ਮੇਰੇ ਦੇਸ਼ ਨੂੰ ਤੋੜਨਾ ਚਾਹੁੰਦੀਆਂ, ਜਿਹੜੇ ਮੇਰੇ ਗੁਰੂਆਂ ਨੂੰ, ਮੇਰੇ ਭਗਵਾਨ ਨੂੰ ਵੇਚਣਾ ਚਾਹੁੰਦੀਆਂ। ਰਾਮ ਅਯੋਧਿਆ ਦੇ ਵਿੱਚ ਜਿੱਤ ਹੋਣੀ, ਐਂਡ ਉੱਤਰ ਪ੍ਰਦੇਸ਼ 'ਚ ਸੀਟਾਂ BJP ਦੀਆਂ ਘੱਟ ਜਾਣੀਆਂ, ਔਰ ਅਖਿਲੇਸ਼ ਯਾਦਵ ਦੀ ਧਰਮ ਪਤਨੀ 7 ਲੱਖ ਵੋਟਾਂ 'ਤੇ ਜਿੱਤਣੀਆਂ, ਇਹ ਆਪਣੇ ਆਪ 'ਚ ਸੁਨੇਹਾ ਕਿ ਤੁਸੀਂ ਰਾਮ ਜੀ ਨੂੰ ਜਿਸ ਪ੍ਰਕਾਰ ਮੈਂ ਦੇਖਿਆ, ਮੇਰੇ ਮਨ ਨੂੰ ਦਰਦ ਹੋਇਆ ਅਖੀਰਲੇ ਦਿਨਾਂ ਵਿੱਚ ਰਾਮ ਜੀ ਦੇ ਝੰਡੇ ਲਾ ਕੇ, ਜਿਹਦੇ 'ਤੇ ਭਗਵਾਨ ਰਾਮ ਦੀ ਫੋਟੋ ਸੀ, ਉਹ ਇਹਨਾਂ ਨੇ ਜਗ੍ਹਾ ਜਗ੍ਹਾ 'ਤੇ ਬੰਨ੍ਹਤੇ, ਔਰ ਕਈ ਡਿੱਗ ਡਿੱਗ ਕੇ, ਮਾਫ਼ੀ ਚਾਹੁੰਦਾ ਮੈਨੂੰ ਬੜੀ ਇਸ ਗੱਲ ਦੀ ਸ਼ਰਮ, ਕੂੜੇ ਦੇ ਢੇਰ 'ਚ ਜਿਹੜੇ ਬੰਨੇ ਸੀ ਉਹ ਯਾਦ ਕਰਾਉਣਾ ਚਾਹੁੰਦੇ ਸੀ, ਪ੍ਰਸ਼ਾਦ ਲਿਆਏ ਆ ਅਯੋਧਿਆ ਦਾ, ਅਤੇ ਉਹ ਜੋ ਬੇਅਦਬੀ ਹੋਈ, ਮੈਂ ਸਮਝਦਾ ਕਿ ਅਗਰ ਇਸ ਪ੍ਰਕਾਰ ਕੋਈ ਹੋਰ ਧਰਮ 'ਚ ਇਸ ਤਰ੍ਹਾਂ ਦੀ ਬੇਅਦਬੀ ਹੋ ਜਾਂਦੀ ਤਾਂ ਬਹੁਤ ਜ਼ਿਆਦਾ ਇਹ ਰੌਲਾ ਪੈ ਜਾਣਾ ਸੀ, ਕਿਉਂਕਿ ਮੈਂ ਸਮਝਦਾ ਸਾਡੇ ਭਗਵਾਨ ਦੀ ਜਿਸ ਪ੍ਰਕਾਰ ਫੋਟੋ ਲਾ ਕੇ ਜਗ੍ਹਾ ਜਗ੍ਹਾ ਬੰਨ੍ਹ ਕੇ ਛੇਤੀ ਛੇਤੀ ਸਿੱਟ ਗਏ, ਸੋ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਸੀਗੀ। ਪਰ ਫਿਰ ਵੀ ਇਹਨਾਂ ਤਮਾਮ ਚੀਜ਼ਾਂ ਦੇ ਬਾਵਜੂਦ ਵੀ ਬਹੁਤ ਵੱਡਾ ਫਤਵਾ ਮੈਨੂੰ ਮਿਲਿਆ, ਆਉਣ ਵਾਲਾ ਜਿਹੜਾ ਸਮਾਂ ਹੈ ਉਹ ਮੇਰੇ ਵਾਸਤੇ, ਤੁਹਾਨੂੰ ਇਹ ਮੇਰੀ ਜਿੱਤ ਹੈ ਜਿਹੜੀ, ਮੈਨੂੰ ਬੇਹੱਦ ਖੁਸ਼ੀ ਹੈ, ਪਰ ਇਹਦੇ ਨਾਲ ਨਾਲ ਮੇਰੇ ਕੋਲ ਬਹੁਤ ਵੱਡੇ ਚੈਲੇਂਜਸ ਹੈਗੇ ਨੇ, ਮੇਰੇ 'ਤੇ ਅੱਜ ਹੀ ਚਿੰਤਾ ਹੈ ਮੈਂ ਰਾਸਤੇ 'ਚ, ਕਿਉਂਕਿ ਅੱਜ ਬਹੁਤਾ ਅਸੀਂ ਸਵਾਗਤ ਨਹੀਂ ਕੀਤਾ, ਨਾ ਕੋਈ ਜਸ਼ਨ ਮਨਾਇਆ, ਇਹ ਤਾਂ
ਬਾਈ ਚਾਂਸ ਹੋ ਗਿਆ, ਪਰ ਸਾਡਾ ਸੁਨੇਹਾ ਸੀਗਾ ਕਿ ਅਸੀਂ ਜਿਹੜਾ ਜਸ਼ਨ ਹੈ ਜ਼ਰੂਰ ਜਿੱਤਦਾ ਮਨਾਵਾਂਗੇ, ਲੇਕਿਨ 6 ਤਰੀਕ ਤੋਂ ਬਾਅਦ ਸਾਰੀ ਆਪਦੇ ਲੀਡਰਸ਼ਿਪ ਨਾਲ ਪਲੈਨਿੰਗ ਕਰਕੇ, ਲੇਕਿਨ 6 ਤੱਕ ਕਿਸੇ ਪ੍ਰਕਾਰ ਦਾ ਕੋਈ ਅਸੀਂ ਜਸ਼ਨ ਨਹੀਂ ਮਨਾਵਾਂਗੇ। ਅਸੀਂ ਧਾਰਮਿਕ ਸਥਾਨਾਂ 'ਤੇ ਜਾ ਕੇ ਅਸੀਂ ਧੰਨਵਾਦ ਕਰਾਂਗੇ ਸਾਰੇ ਸਾਡੇ ਧਰਮਾਂ ਦਾ, ਜਾ ਕੇ ਸਾਡੇ ਗੁਰੂਆਂ ਦਾ, ਲੇਕਿਨ ਕਿਸੇ ਪ੍ਰਕਾਰ ਦਾ ਜਸ਼ਨ ਨਹੀਂ ਹੋਊਗਾ। ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ, ਬਹੁਤ ਸਾਰੇ ਲੋਕ ਕਦੇ ਕਹਿ ਦਿੰਦੇ ਕਿ ਰਾਜਾ ਬੜੀ ਕਿਸੇ ਇੱਕ ਧਰਮ ਦੀ ਗੱਲ ਨਹੀਂ ਕਰਦਾ, ਦੂਸਰੇ ਧਰਮ ਦੀ ਗੱਲ ਕਰਦਾ ਜਾਂ ਦੂਸਰੇ ਦੀ ਨਹੀਂ ਕਰਦਾ। ਰਾਜਾ ਬੜਿੰਗ ਇੱਕ ਸੈਕੂਲਰ ਸੋਚ ਦਾ ਮਾਲਕ ਹੈ। ਰਾਜਾ ਬੜਿੰਗ ਨੂੰ ਮੇਰੇ ਗੁਰੂ ਮਹਾਰਾਜ ਨੇ ਇਹੀ ਸਿਖਾਇਆ ਕਿ ਸਭ ਦੇ ਧਰਮਾਂ ਦਾ ਅਸੀਂ ਸਤਿਕਾਰ ਕਰਨਾ ਹੈ। ਜਦੋਂ ਤੁਸੀਂ ਮਾੜੀ ਸੋਚ ਰੱਖੋਗੇ ਤਾਂ ਫਿਰ ਪਰਮਾਤਮਾ ਤੁਹਾਡੇ 'ਤੇ ਕਿਰਪਾ ਨਹੀਂ ਕਰੇਗਾ। ਸੋ ਅਗਰ ਬਿੱਟੂ ਹੁੰਦਾ ਤਾਂ ਸ਼ਾਇਦ ਰਾਜਾ ਬੜਿੰਗ ਇੱਥੇ ਆਉਂਦਾ ਹੀ ਨਾ। ਪਰ ਕਰੇ ਕਰਾਵੇ ਆਪੇ ਆਪ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਹੈ। ਉਹਨਾਂ ਦੋਵਾਂ ਨੂੰ, ਸਾਰੇ ਸਾਥੀਆਂ ਨੂੰ, ਸਾਡੇ ਪੰਜਾਬ ਦੇ ਹਰ ਬਛਿੰਦੇ ਨੂੰ, ਜਿਹੜਾ ਕਾਂਗਰਸ ਪਾਰਟੀ ਨੂੰ ਬੇਸ਼ੱਕ ਉਹਨੇ ਵੋਟ ਪਾਈ ਹੈ, ਬੇਸ਼ੱਕ ਉਹਨੇ ਨਹੀਂ ਪਾਈ, ਅੱਜ ਨਹੀਂ ਪਾਈ ਤਾਂ ਕੱਲ੍ਹ ਪਾ ਦੇਗਾ। ਅਸੀਂ ਤਾਂ ਮੰਗਦੇ ਹੁੰਦੇ, ਅਸੀਂ ਤਾਂ ਮੰਗਣਾ ਹੈ, ਅੱਜ ਵੀ ਮੰਗਣਾ, ਕੱਲ੍ਹ ਵੀ ਮੰਗਣਾ। ਸੋ ਦੁਬਾਰਾ ਫਿਰ ਦਿਲ ਦੀਆਂ ਗਹਿਰਾਈਆਂ 'ਚ ਉਹਨਾਂ ਤਮਾਮ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ। ਔਰ ਆਸ ਕਰਦਾ ਆਹ ਮੇਰੀ ਜਿਹੜੀ ਟੀਮ ਹੈ, ਸਾਡੇ ਸਾਥੀ ਹੈ ਸਾਰੇ, ਅਸੀਂ ਸਾਰੇ ਰਲ ਮਿਲ ਕੇ ਮੇਰੀ ਧਰਮ ਪਤਨੀ ਦੋਵੇਂ ਜਾਣੇ, ਅਸੀਂ ਇਹਨਾਂ ਦੀ ਗਾਈਡੈਂਸ ਦੇ ਨਾਲ, ਸਾਰੇ ਲੀਡਰ ਸਾਹਿਬਾਨਾਂ ਦੀ ਗਾਈਡੈਂਸ ਦੇ ਨਾਲ ਅਸੀਂ ਆਉਣ ਵਾਲੇ ਲੁਧਿਆਣੇ ਦੀ ਸੇਵਾ ਕਰਾਂਗੇ, ਇਹ ਮੈਂ ਉਮੀਦ ਕਰਦਾ। ਦੁਬਾਰਾ ਫਿਰ ਦੁਨੀਆਂ ਕਰਾਂਗੇ। ਲੁਧਿਆਣਾ ਨਿਵਾਸੀਆਂ ਦੀ ਬਹੁਤ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਰਾਜਾ ਜੀ 'ਚ ਇੰਨਾ ਵਿਸ਼ਵਾਸ ਜਿਤਾਇਆ ਔਰ ਇੰਨੀ ਬਹੁਮਤ ਨਾਲ ਜਿਤਾਇਆ ਜਿਨ੍ਹਾਂ ਨੇ। ਔਰ ਮੈਂ ਜਿਉਂਦੇ ਵਾਸਤੇ ਰਹੋ, ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ, ਤੁਹਾਡੀ ਹਰ ਮਨੋਕਾਮਨਾ ਪੂਰਨ ਕਰੇ। ਔਰ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਿੰਨੇ ਵਿਸ਼ਵਾਸ ਨਾਲ ਤੁਸੀਂ ਵੋਟਾਂ ਪਾ ਕੇ ਰਾਜਾ ਜੀ ਨੂੰ ਜਿਤਾਇਆ, ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਸ ਗੱਲ 'ਤੇ ਗਰਵ ਹੋਊਗਾ ਕਿ ਅਸੀਂ ਇੰਨਾ ਅੱਛਾ ਮੈਂਬਰ ਪਾਰਲੀਮੈਂਟ ਚੁਣ ਕੇ ਲੁਧਿਆਣੇ ਲਈ ਲਿਆਂਦਾ। ਤੁਸੀਂ ਦੇਖੋਗੇ ਜਿਸ ਸਪੀਡ ਦੇ ਕੰਮ ਹੋਣਗੇ ਔਰ ਜਿਸ ਤਰ੍ਹਾਂ ਨਾਲ ਤੁਹਾਡੀ ਸੁਣਵਾਈ ਹੋਊਗੀ, ਇਸ ਤਰ੍ਹਾਂ ਮੈਂ ਤੁਹਾਨੂੰ ਵਿਸ਼ਵਾਸ ਦਵਾਉਣੀ ਹੈ, ਪਹਿਲਾਂ ਕਿਸੇ ਨੇ ਨਹੀਂ ਕੰਮ ਕੀਤੇ ਹੋਣਗੇ। ਜਿਹੜੇ ਹਾਰੇ ਜਿਉਂਦੇ ਵਾਸਤੇ ਰਹੋ, ਪਰ ਆਪਦੀਆਂ ਹਰਕਤਾਂ ਨੂੰ ਜ਼ਰੂਰ ਸੁਧਾਰੋ। ਜੇ ਇੰਨੀਆਂ ਘਟੀਆ ਹਰਕਤਾਂ ਕਰੋਗੇ ਨਾ ਤਾਂ ਆਮ ਬੰਦਾ ਇਸ ਕਿਸੇ ਦੇ ਘਰੇ ਜਾਣ ਲੱਗਿਆ ਵੀ 4 ਵਾਰੀ ਸੋਚੂਗਾ, ਚਾਹ 'ਤੇ ਜਾਣ ਲੱਗਿਆ। ਜਿਸ ਤਰ੍ਹਾਂ ਦੀ ਰਾਜਨੀਤੀ ਤੁਸੀਂ ਕਰਦੇ ਹੋ ਨਾ, ਜ਼ਿੰਦਗੀ 'ਚ ਫੇਲ ਹੋ ਜਾਓਗੇ, ਕਿਸੇ ਨੇ ਵੋਟ ਨਹੀਂ ਪਾਉਣੀ ਤੁਹਾਨੂੰ। ਆਪਣੀਆਂ ਹਰਕਤਾਂ ਜ਼ਰੂਰ ਬਦਲੋ। ਧੰਨਵਾਦ।